ਵਿੱਚ ਵੜ ਕੇ ਇੱਕ ਬੱਚੀ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਸਮੇਂ ਉਹ ਘਰ ਦੇ ਵਿੱਚ ਇਕੱਲੀ ਸੀ। ਦੱਸ ਦਈਏ ਕਿ ਹਾਲੇ ਉਮਰ ਵੀ ਜੋ ਹੈ ਮ੍ਰਿਤਕ ਦੀ ਸਿਰਫ 30 ਸਾਲ ਸੀ ਜਿਸਦਾ ਘਰ ਦੇ ਵਿੱਚ ਵੜ ਕੇ ਹੀ ਕਤਲ ਕਰ ਦਿੱਤਾ ਗਿਆ। ਮਾਮਲਾ ਅੰਮ੍ਰਿਤਸਰ ਤੋਂ ਜਿਹੜਾ ਦੇਖਣ ਨੂੰ ਮਿਲਿਆ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਨਾ ਸੱਸ ਨਾ ਸਹੁਰਾ ਅਤੇ ਘਰ ਵਾਲਾ ਕੰਮ ਤੇ ਗਿਆ ਹੋਇਆ ਸੀ। ਮਾਸੂਮ ਬੱਚੀ ਸਕੂਲ ਦੇ ਵਿੱਚ ਗਈ ਸੀ ਤੇ ਉਸ ਸਮੇਂ ਇਹ ਲੜਕੀ ਜੋ ਹੈ ਘਰ ਦੇ ਵਿੱਚ ਇਕੱਲੀ ਮੌਜੂਦ ਸੀ 30 ਸਾਲ ਦੀ ਉਮਰ ਜਿਸਦਾ ਕਤਲ ਜਿਹੜਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਖਾਣਾ ਕੰਟੋਨਮੈਂਟ ਅਧੀਨ ਪੈਂਦੇ ਏਅਰਪੋਰਟ ਰੋਡ ਤੇ ਕੋਠੀ ਪੈਂਦੀ ਹੈ ਜਿੱਥੇ ਜੁਝਾਰ ਸਿੰਘ ਐਵਨਿਊ ਵਿਖੇ ਕੁਝ ਹਮਲਾਵਰਾਂ ਦੇ ਵੱਲੋਂ ਇੱਕ ਔਰਤ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ ਔਰਤ ਘਰ ਦੇ ਵਿੱਚ ਇਕੱਲੀ ਸੀ। ਮ੍ਰਿਤਕਾ ਦੀ ਸੱਸ ਸੋਹਰਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਜਦੋਂ ਕਿ ਉਸਦਾ ਪਤੀ ਡਿਊਟੀ ਦੇ ਉੱਤੇ ਗਿਆ ਸੀ। ਉਸਦੀ ਇੱਕ ਬੇਟੀ ਜੋ ਸਕੂਲ ਗਈ ਹੋਈ ਸੀ, ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਜੂਨੀ ਮੌਕੇ ਤੇ ਪਹੁੰਚਦੇ ਨੇ, ਆਪਣੀ ਟੀਮ ਦੇ ਨਾਲ ਘਟਨਾ ਦਾ ਜਾਇਜ਼ਾ ਲਿਆ ਜਾਂਦਾ। ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਉਂ ਵਾਪਰੀ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਦੇ ਲਈ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਸ਼ੈਲੀ ਅਰੋੜਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਦੇ ਖਿਲਾਫ ਕਤਲ ਦਾ ਕੇਸ ਜਿਹੜਾ ਦਰਜ ਕੀਤਾ ਗਿਆ। ਸਵੇਰੇ ਕਰੀਬ 10 ਵਜੇ ਇਹ ਘਟਨਾ ਜਿਹੜੀ ਬਾਰੇ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਕਿ ਇੱਕ ਕੋਠੀ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਖੂਨ ਦੇ ਨਾਲ ਲੱਥਪੱਥ ਮਿਲਦੀ ਹੈ। ਉਸ ਤੋਂ ਬਾਅਦ ਪੁਲਿਸ ਮੌਕੇ 'ਤੇ ਜਿਹੜੀ ਪਹੁੰਚਦੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ। 30 ਸਾਲ ਦੇ ਕਰੀਬ ਇਸਦੀ ਜੋ ਉਮਰ ਸੀ ਅਤੇ ਇਹ ਘਰ ਦੇ ਵਿੱਚ ਇਕੱਲੀ ਸੀ ਜਦੋਂ ਦਿਨ ਦਿਹਾੜੇ ਇਸਦਾ ਕਤਲ ਜਿਹੜਾ ਮਹਿਲਾ ਦਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਦੀ ਨਾ ਤਾਂ ਕਿਸੇ ਦੇ ਨਾਲ ਕੋਈ ਪੁਰਾਣੀ ਰੰਜਿਸ਼ ਸੀ, ਕਿਉਂਕਿ ਪਰਿਵਾਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਇਸ ਨੂੰ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਘਰ ਦੇ ਵਿੱਚ ਕੰਮ ਵਾਲੀ ਜਦੋਂ ਆਈ ਤਾਂ ਉਸਨੇ ਵੇਖਿਆ ਕਿ ਉਸ ਵੱਲੋਂ ਰੋਲਾ ਪਾਇਆ ਜਾਂਦਾ ਹੈ ਕਿ ਘਰ ਦੇ ਵਿੱਚ ਲਾਸ਼ ਜਿਹੜੀ ਮਿਲਦੀ ਹੈ, ਜਿਸ ਤੋਂ ਬਾਅਦ ਸਾਰਾ ਮਹੱਲਾ ਜਿਹੜਾ ਇਕੱਠਾ ਹੋ ਜਾਂਦਾ ਅਤੇ ਪੀੜਤ ਪਰਿਵਾਰ ਦੇ ਵੱਲੋਂ ਇਸ ਮੌਕੇ 'ਤੇ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਮ੍ਰਿਤਕਾ ਪਿੱਛੇ 5 ਸਾਲ ਦੀ ਬੱਚੀ ਨੂੰ ਛੱਡ ਗਈ ਹੈ। ਘਰ ਵਾਲਾ ਵੀ ਘਰ ਮੌਜੂਦ ਨਹੀਂ ਸੀ ਜਦੋਂ ਮਹਿਲਾ ਘਰ ਦੇ ਵਿੱਚ ਇਕੱਲੀ ਸੀ। ਉਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਗਿਆ, ਸੋ ਪੁਲਿਸ ਬੜੀ ਬਾਰੀਕੀ ਦੇ ਨਾਲ ਇਸਦੀ ਜਾਂਚ ਕਰ ਰਹੀ ਹੈ। ਇਸ ਮੌਕੇ 'ਤੇ ਸਭ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ, ਤੁਸੀਂ ਖੁਦ ਨਜ਼ਰ ਮਾਰੋ। ਹਾਂਜੀ ਭਾਅ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ। ਕਿਹੜੀ ਜਗ੍ਹਾ ਦੇ ਰਹਿਣ ਵਾਲੇ ਤੇ ਕੀ ਗੱਲ ਹੋਈ ਹੈ? ਸਹਿਜਾਦਾ ਜਜਾਰ ਸਿੰਘ ਐਵਨਿਊ ਗਲੀ ਨੰਬਰ 1 ਵਾਰਡ ਕੈਮਰਾ ਫਰੈਂਸ ਲੈਣ। ਅੱਜ ਕੀ ਗੱਲ ਹੋਈ ਇੱਥੇ ਕੈਮਰੇ? ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ, ਮੈਂ ਬਾਹਰ ਸੀਗਾ ਅਤੇ ਪਿੱਛੋਂ ਪਤਾ ਲੱਗਾ ਕਿ ਇਹ ਕੰਮ ਵਾਲੀ ਆਈ ਆ ਅਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਉਹ ਮੈਡਮ ਦਾ ਮਰਡਰ ਹੋਇਆ। ਅੱਛਾ। ਅਤੇ ਉਹ ਵਿਚਾਰੀ ਨੇ ਸਾਹਮਣੇ ਘਰ ਵਾਲੇ ਦੱਸਿਆ, ਸਾਹਮਣੇ ਘਰ ਫਿਰ ਉਹਨਾਂ ਫੋਨ ਕੀਤਾ ਉਹਦੇ ਹਸਬੈਂਡ ਨੂੰ ਜੀ, ਅਤੇ ਉਹਦੇ ਹਸਬੈਂਡ ਨੇ ਫਿਰ ਇੱਧਰ ਉੱਧਰ ਫੋਨ ਵੀ ਘੁਮਾਏ ਹੋਣਗੇ, ਫਿਰ ਮੈਨੂੰ ਵੀ ਫੋਨ ਗਿਆ, ਮੈਂ ਬਾਹਰ ਸੀਗਾ ਅਤੇ ਮੈਂ ਵੀ ਆਇਆ, ਫਿਰ ਉਹਨਾਂ ਚਿਰ ਮੁਹੱਲੇ ਵਾਲੇ ਇਕੱਠੇ ਹੋ ਗਏ ਜੀ। ਫਿਰ ਅਸੀਂ ਦੇਖਿਆ ਉਸ ਉਹਨਾਂ ਚਿਰ ਸੁਰਜੀਤ ਹੋਸਪਿਟਲ ਲੈ ਗਏ ਸੀਗੇ ਅਤੇ ਮੇ ਵੀ ਮੈਨੂੰ ਲੱਗਦਾ ਕਿ ਟਿਲ ਡੈਥ ਹੋ ਗਈ ਸੀਗੀ। ਉਮਰ ਛੋਟੀ ਸੀਗੀ ਵਿਚਾਰੀ ਦੀ, ਅਜੇ ਮੇਰਾ 35 ਸਾਲ ਦੇ ਲੱਗ ਬਣੇ ਹੋਊਗੀ। ਅਤੇ ਘਰ 'ਚ ਕੌਣ ਕੌਣ ਰਹਿੰਦਾ ਸੀ ਇਹਨਾਂ ਦੇ? ਘਰ 'ਚ ਚਚਾਰੇ ਜੀ ਰਹਿੰਦੇ ਸੀਗੇ, ਆਪਣਾ ਦੋਵੇਂ ਜੀ ਆਪ ਅਤੇ ਬੇਟੀ ਸੀ ਛੋਟੀ ਇਹਨਾਂ ਦੀ 5 ਸਾਲ ਦੀ। ਅੱਛਾ। ਅਤੇ ਨਾ ਆਪਣਾ ਸੱਸ ਸਹੁਰਾ ਇੱਥੇ ਨਹੀਂ ਸੀਗੇ, ਸੱਸ ਸਹੁਰਾ ਉੱਥੇ ਆਪਣੀ ਮੇਰੇ ਖਿਆਲ ਦਿੱਲੀ ਗਏ ਆ ਬੇਟੀ ਆਪਣੀ ਕੁਛ। ਅੱਛਾ। ਹਾਂ ਅਤੇ ਹਾਂਜੀ, ਇਹਦੀ ਜੁਝਾਰ ਐਵਨਿਊ PS ਕੈਂਟ ਦੇ ਵਿੱਚ ਆਉਂਦਾ। ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਲੇਡੀ ਜਿਹੜੀ ਆ ਉਹਨਾਂ ਦੀ ਘਰ ਦੇ ਵਿੱਚ ਡੈਥ ਹੋਈ ਆ। ਸੋ ਇਹਨੂੰ ਜਦੋਂ ਮੌਕੇ 'ਤੇ ਆ ਕੇ ਦੇਖਿਆ ਗਿਆ ਤਾਂ ਲੇਡੀ ਹੈਗੇ ਨੇ ਸ਼ੈਲੀ, ਵਾਈਫ ਆਫ ਕੌਸ਼ਲ। ਸੋ ਇਹਨਾਂ ਨੇ ਜਿਹੜੇ ਜਦੋਂ ਦੱਸਿਆ ਕਿ ਹਸਬੈਂਡ ਇਹਦੇ ਜਿਹੜੇ SDFC 'ਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਔਫਿਸ, ਤੋ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਘਰ ਦਾ ਦਰਵਾਜ਼ਾ ਨਹੀਂ ਖੋਲ ਰਹੇ। ਸੋ ਜਦੋਂ ਉਹਨਾਂ ਨੇ ਚੈੱਕ ਕੀਤਾ ਅਤੇ ਉਹਦੀ ਜਿਹੜੀ ਆ ਅੰਦਰ ਡੈੱਡ ਬੋਡੀ ਪਈ ਸੀਗੀ।
ਸਰ ਇਹਦੇ ਵਿੱਚ ਥੋੜ੍ਹਾ ਕੁਛ ਕਲਿਊ ਮਿਲਿਆ ਵੀ ਆ? ਫਿਲਹਾਲ ਅਜੇ ਜੀ ਅਸੀਂ ਮੌਕੇ 'ਤੇ ਆਏ ਹਾਂ ਸਾਰਾ ਏਰੀਆ ਇਹਨੂੰ ਪ੍ਰਦਰੂ ਕੀਤਾ, ਫੋਰੈਂਸਿਕਸ ਟੀਮ ਨੂੰ ਬੁਲਾਇਆ ਗਿਆ, ਉਹਦੇ ਵਿੱਚ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਪ੍ਰੀਲਿਮਿਨਰੀ ਸਟੇਜ 'ਤੇ ਆ, ਐੱਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ, ਇਹਦੇ ਵਿੱਚ ਨੈਕਸਟ ਜਿਹੜੀ ਆ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕਰਨੀ। ਏਜ ਕਿੰਨੀ ਸੀ ਲੇਡੀ ਦੀ? ਇਹ ਅਰਾਊਂਡ ਜਿਹੜੀ ਹੈ 35 ਈਅਰ ਏਜ ਸੀਗੀ। ਪਰਿਵਾਰ 'ਚ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੈਂਡ ਅਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ, ਉਹਨੂੰ ਜੋ ਸਕੂਲ ਗਈ ਹੋਈ ਸੀਗੀ। ਅੱਛਾ ਜੀ। ਸਰ ਸਰ ਕੋਈ ਸੀਸੀਟੀਵੀ ਫੁਟੇਜ? ਫੁਟੇਜ ਜੀ ਸਾਰੇ ਏਰੀਆ ਦੇ ਵਿੱਚ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ, ਸੋ ਫਰਦਰ ਜੋ ਵੀ ਇਹਦੇ ਵਿੱਚ ਹੋਏਗਾ ਤੁਹਾਨੂੰ ਬਰੀਫ ਕਰ ਦਿੱਤਾ ਜਾਏਗਾ। ਸਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਦਾਤ ਹੋਈ ਹੈ, ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਜਾਏਗੀ ਪੁਲਿਸ ਵੱਲੋਂ? ਬਿਲਕੁਲ ਜੀ, ਕਲੋਨੀ ਵਾਲਾ ਏਰੀਆ ਵੈਸੇ ਤਾਂ ਇਹਨੂੰ ਪਹਿਲਾਂ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਕਿ ਇਹਦਾ ਐਂਗਲ ਸੀਗਾ ਮਰਡਰ ਦਾ, ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੁੱਟਪਾਟ ਦੇ ਇਰਾਦੇ ਨਾਲ ਜਿਹੜੇ ਆਏ ਸੀ, ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਵਾਰਦਾਤ? ਪ੍ਰੀਲਿਮਨਰੀ ਸਟੇਜ ਤੋਂ ਸਾਨੂੰ ਇੱਦਾਂ ਦਾ ਕੁਛ ਨਹੀਂ ਅਜੇ ਲੱਗ ਰਿਹਾ ਜੀ, ਬਟ ਇਨਵੈਸਟੀਗੇਸ਼ਨ 'ਚ ਜੋ ਵੀ ਆਏਗਾ ਉਹ ਤੁਹਾਨੂੰ ਬਰੀਫ ਕਰਤਾ ਜਾਏਗਾ। ਸਰ ਇਹ ਜਿਹੜੇ ਇਹਨਾਂ ਦੇ ਹਸਬੈਂਡ ਸੀ ਜਿੱਥੇ ਜੋਬ ਕਰਦੇ ਸੀ, ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਗਦਾ ਤਾਂ ਨਹੀਂ ਸੀ ਜਿਹਦੇ ਕਰਕੇ? ਫਿਲਹਾਲ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਜੀ, ਇਸ ਸੰਬੰਧੀ ਜੇ ਕੋਈ ਹੈਗੀ ਆ ਤਾਂ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਇੰਨੇ, ਸੋ ਫਰਦਰ ਕੋਈ ਵੀ ਗੱਲ ਇੱਦਾਂ ਦੀ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾਊਗਾ। ਬਾਡੀ ਲੈ ਲਈ ਤੁਸੀਂ ਕਬਜ਼ੇ? ਹਾਂਜੀ ਹਾਂਜੀ, ਉਹ ਹਸਪਿਟਲਾਈਜ਼ ਹਸਪਿਟਲ ਦੇ ਵਿੱਚ ਪਹੁੰਚ ਚੁੱਕੀਆਂ? ਪਹੁੰਚ ਚੁੱਕੀਆਂ ਲਿਆ ਹੋਵੇ ਕਿਸੇ ਤਰ੍ਹਾਂ ਦਾ? ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ, ਸੋ ਇਹਨੂੰ ਕਰ ਰਹੇ ਹਾਂ, ਜਲਦੀ ਇਹਨੂੰ ਟਰੇਸ ਕਰਕੇ ਅਤੇ ਬੰਦੇ ਅਰੈਸਟ ਕਰ ਲਏ ਜਾਣਗੇ।